ਅੱਛਾ ਭਾਅ ਜੀ, ਕਬੱਡੀ ਦੇ ਵਿੱਚ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਕੁਝ ਬੰਦੇ ਕਹਿੰਦੇ ਕਬੱਡੀ ਦੇ ਪੈਸਾ ਨਹੀਂ ਹੈਗਾ, ਪੈਸਾ ਤਾਂ ਕੰਜਰਾ ਕੋ ਵੀ ਸਿਆਣੇ ਕਹਿੰਦੇ ਬਹੁਤ, ਪੈਸਾ ਵੀ ਬਹੁਤ। ਤੁਸੀਂ ਭਾਅ ਜੀ ਤਗੜੀ ਕਬੱਡੀ ਖੇਡੋ, ਸੀਜ਼ਨ ਦਾ 60-70 ਲੱਖ ਬਣੂਗਾ। ਇੱਕ ਪਲੇਅਰ ਬਹੁਤ ਹੀ ਡਾਇਟ ਖਾਵੇ 2000 ਦੀ ਭਾਅ ਜੀ, ਬਿਲਕੁਲ ਭਾਅ ਜੀ ਇਹ ਬਣ ਜਾਂਦਾ ਵਾ, ਇੰਨੇ ਕੁ ਤਾਂ ਇੱਕ ਮੈਚ 'ਚ ਵੀ ਬਣ ਜਾਂਦੇ ਭਾਅ ਜੀ। ਕਰੋੜ ਰੁਪਇਆ ਚੁੱਕ ਚੁੱਕ ਕੇ ਲੋਕ ਮਿੰਨਤਾਂ ਕਰਦੇ ਗਰਾਊਂਡ ਜਦੋਂ ਜਾਂਦੇ, ਮਤਲਬ ਜਿਹੜੀ ਤਿਆਰੀ ਕਰਕੇ ਜਾਂਦੇ ਨਾ, ਅਮੂਮਨ ਤੁਹਾਡੀਆਂ ਰੇਡਾਂ ਬੜੀਆਂ ਟਿਕਟਾਕਾਂ 'ਤੇ ਐਵਰੀਵੇਅਰ ਬੜੀਆਂ ਫੇਮਸ ਹੁੰਦੀਆਂ, ਤੁਸੀਂ ਜੱਫਾ ਨਹੀਂ ਖਾਂਦੇ ਹੁੰਦੇ। ਅੱਛਾ ਭਾਅ ਜੀ, ਕਬੱਡੀ ਦੇ ਵਿੱਚ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਕੁਝ ਬੰਦੇ ਕਹਿੰਦੇ ਕਬੱਡੀ ਦੇ ਪੈਸਾ ਨਹੀਂ ਹੈਗਾ, ਕਬੱਡੀ ਪੈਸਾ ਹੈਗਾ ਨਹੀਂ ਹੈਗਾ? ਬਹੁਤ ਭਾਅ ਜੀ ਪੈਸਾ ਵਾ, ਬਹੁਤ ਪੈਸਾ, ਬਹੁਤ ਜ਼ਿਆਦਾ ਪੈਸਾ ਵਾ, ਇੱਜ਼ਤ ਬਹੁਤ ਆ, ਰਿਸਪੈਕਟ ਆ, ਜ਼ਿਆਦਾ ਲੋਕ ਪਿਆਰ, ਪੈਸਾ ਤਾਂ ਕੰਜਰਾ ਕੋ ਵੀ ਸਿਆਣੇ ਕਹਿੰਦੇ ਬਹੁਤ ਆ, ਬਾਕੀ ਇੱਜ਼ਤ ਹੋਣੀ ਚਾਹੀਦੀ ਆ, ਇੱਜ਼ਤ ਬਹੁਤ ਆ, ਫਿਰ ਪੈਸਾ ਵੀ ਬਹੁਤ ਆ। ਤੁਸੀਂ ਭਾਅ ਜੀ ਤਗੜੀ ਕਬੱਡੀ ਖੇਡੋ, ਸੀਜ਼ਨ ਦਾ 60-70 ਲੱਖ ਬਣ ਜਾਂਦਾ, ਬਣ ਜਾਂਦਾ ਭਾਅ ਜੀ, ਇੰਨਾ ਜਿਹੜਾ ਹੁੰਦਾ ਪੀਕ 'ਤੇ ਖੇਡਣ ਦਿਆ ਨਾ, ਹਾਂ ਉਹ ਭਾਅ ਜੀ ਇੰਨੇ ਕਮਾਈ ਜਾਂਦਾ ਭਾਅ ਜੀ, ਤਗੜੇ ਪੈਸੇ ਬਣਦੇ। ਹਾਂਜੀ ਹਾਂਜੀ ਹਾਂਜੀ। ਤੇ ਭਾਅ ਜੀ ਦੇਖੋ ਭਾਅ ਜੀ, ਮਿਹਨਤ ਆ ਜਿੰਨੇ ਜਿੰਨੀ ਕਰਨੀ ਰੱਬ ਨੇ ਉਹਨਾਂ ਸਲਾਹ। ਪਲੇਅਰ ਦੀ ਜਿਹੜੀ ਹੈਗੀ ਡਾਇਟ ਫੂਡ, ਤਗੜਾ ਤੁਸੀਂ ਜਿੱਦਾਂ ਕਹਿੰਦੇ ਦੇਸੀ ਖੁਰਾਕ ਆਓ, ਤੇ ਇੱਕ ਦਿਨ ਦਾ ਕਿੰਨੇ ਦਾ ਖਰਚਾ ਜਾਂਦਾ ਰਫਲੀ? 4-5 ਹਜ਼ਾਰ ਲੱਗ ਜਾਂਦਾ? ਨਹੀਂ ਨਹੀਂ ਭਾਅ ਜੀ, ਘੱਟ ਲੱਗਦਾ। ਇੱਕ ਪਲੇਅਰ ਬਹੁਤ ਹੀ ਡਾਇਟ ਖਾਵੇ 2000 ਦੀ ਭਾਅ ਜੀ ਖਾਂਦਾ, 2500 ਦੇਸੀ ਡਾਇਟ। ਹਾਂਜੀ, ਮਤਲਬ ਤੁਸੀਂ ਮਹੀਨੇ ਦਾ 60-70 ਹਜ਼ਾਰ ਦਾ ਖਰਚਾ। ਹਾਂਜੀ ਹਾਂਜੀ। ਕਿਉਂਕਿ ਭਾਅ ਜੀ ਜਿਹੜੇ ਮੈਚ ਹੀ ਖੇਡਦੇ ਤੁਹਾਡੇ ਈਜ਼ੀਲੀ, ਤੁਸੀਂ ਆਊਟਸਟੈਂਡਿੰਗ ਪਰਫਾਰਮੈਂਸ ਕਰੋ, 3-4-5 ਹਜ਼ਾਰ ਬਣ ਜਾਂਦਾ ਗਰਾਊਂਡ 'ਚ। ਬਿਲਕੁਲ ਭਾਅ ਜੀ ਬਣ ਜਾਂਦਾ ਵਾ, ਇੰਨੇ ਕੁ ਤਾਂ ਇੱਕ ਮੈਚ 'ਚ ਵੀ ਬਣ ਜਾਂਦੇ ਭਾਅ ਜੀ, ਮੁੜ ਕੇ ਮਹਿਕਮੇ ਲੱਗੇ ਸਾਰਿਆਂ ਦੇ। ਹਾਂ, ਉਹ ਮਹਿਕਮਾ ਦੀ ਫੀਸਾਂ ਨਹੀਂ, ਮਹਿਕਮਾ ਦੀ ਆਉਂਦੀਆਂ ਤਨਖਾਹ। ਕਰੋੜ ਰੁਪਇਆ ਚੁੱਕ ਚੁੱਕ ਕੇ ਲੋਕ ਮਿੰਨਤਾਂ ਕਰਦੇ, ਲੇਕਿਨ ਤੱਕੋ ਤੁਹਾਨੂੰ ਭਾਅ ਜੀ ਕਬੱਡੀ ਦੇ ਫ੍ਰੀ ਵੀ ਦੱਸ ਦਿੱਤਾ ਤੇ ਨਾਲ ਫੀਸਾਂ ਦੇ ਦਿੱਤੀਆਂ ਕਬੱਡੀ ਕਾਰਨ, ਕਬੱਡੀ ਦਾ ਕਾਰਨ। ਜੇ ਕਬੱਡੀ ਨਾਲ ਛਾਣਾ ਖਾਵਰ ਸਿਆਲ ਯੂਕੇ ਕਰੋੜ ਰੁਪਇਆ ਲਾ ਕੇ ਵੀ ਨਹੀਂ ਆ ਸਕਦਾ ਸੀ। ਬਿਲਕੁਲ ਜੀ ਬਿਲਕੁਲ, ਬਹੁਤ ਔਖਾ। ਕਬੱਡੀ ਨੇ ਭਾਅ ਜੀ ਕੀ ਦਿੱਤਾ, ਕਿੰਨੀ ਰਿਸਪੈਕਟ ਦੇ ਦਿੱਤੀ, ਬਹੁਤ ਰਿਸਪੈਕਟ ਦਿੱਤੀ, ਬਹੁਤ ਇੱਜ਼ਤ ਦਿੱਤੀ ਕਬੱਡੀ। ਹਾਂ, ਤੇ ਸਾਨੂੰ ਜੋ ਕੁਛ ਵੀ ਇੱਥੇ ਬੈਠੇ ਕਬੱਡੀ ਦੀ ਤੋਲ ਦੀ ਬੈਠੇ, ਕਬੱਡੀ ਤੋਲ ਬੈਠੇ ਭਾਅ ਜੀ। ਬਾਕੀ ਕਬੱਡੀ ਤੁਸੀਂ ਭਾਅ ਜੀ ਫਿਰ ਉਹਦਾ ਰਿਸਪੈਕਟ ਉਸ ਚੀਜ਼ ਦੇ ਕਰਨੀ ਚਾਹੀਦੀ ਨਾ, ਬਿਲਕੁਲ ਕਰਨੀ ਬਣਦੀ ਹੈ ਭਾਅ ਜੀ ਸਾਡੀ। ਕੀ ਬਾਤ ਜੇ ਅਸੀਂ ਹੁਣ ਵੀ ਕਹੀਏ ਵੀ ਕੁਛ ਨਹੀਂ ਕਬੱਡੀ ਨੇ ਜੇ ਉਹ, ਤੇ ਫਿਰ ਲੇਕਿਨ ਅੱਲਾ ਤੁਹਾਡੀ ਖੁਸ਼ ਪੂਰੀ ਕਰ ਦਿੱਤੀ ਕਿ ਯਾਰ ਭਾਅ ਜੀ ਇੱਥੇ ਪਰਫਾਰਮੈਂਸ ਵੀ ਕਰਾਈ ਅੱਲਾ ਨੇ। ਦੇਖੋ ਜਿਸ ਤਰ੍ਹਾਂ ਤੁਸੀਂ ਕਿਹਾ ਨਾ ਭਾਅ ਜੀ, ਜ਼ਿੰਦਗੀ ਇਨਸਾਨ ਦੇ ਵਿੱਚ ਬੜੀ ਇੰਪੋਰਟੈਂਸ ਹੁੰਦੀ ਵਾਲਦੇ ਹਨ, ਜਿਹੜਾ ਆਪਣੇ ਵਾਲਦੇ ਦਾ ਫਰਮਾਦਾਰ ਹੁੰਦੇ ਹੋਵੇ ਨਾ, ਅੱਲਾ ਉਹਦੇ 'ਤੇ ਬੜਾ ਰਾਜ਼ੀ ਹੁੰਦਾ। ਬਹੁਤ ਬਹੁਤ ਜੀ।